ਇਸ ਫਿਲਮ ਦੀ ਸ਼ੁਰੂਆਤੀ ਕਹਾਣੀ ਦੇ ਵਿੱਚ ਸਾਨੂੰ ਇੱਕ ਲੜਕੀ ਨੂੰ ਦਿਖਾਇਆ ਜਾਂਦਾ ਜਿਹਦਾ ਨਾਂ ਸ਼ੈਨਲ ਹੁੰਦਾ, ਜਿਹੜੀ ਇੱਕ ਬਹੁਤ ਹੀ ਲੰਮੇ ਸਫ਼ਰ ਦੇ ਉੱਤੇ ਨਿਕਲੀ ਆ, ਜਿਹਦਾ ਸਫ਼ਰ 1800 ਕਿਲੋਮੀਟਰ ਦਾ ਲੰਮਾ ਹੁੰਦਾ। ਪਰ ਉਹਦੇ ਸਫ਼ਰ ਦੇ ਸ਼ੁਰੂਆਤ ਦੇ ਵਿੱਚ ਹੀ ਇੱਕ ਬਹੁਤ ਵੱਡੀ ਮੁਸੀਬਤ ਉਹਦੇ ਪੱਲੇ ਪੈ ਜਾਂਦੀ ਆ। ਉਹ ਕਾਫ਼ੀ ਜ਼ਿਆਦਾ ਥੱਕ ਜਾਂਦੀ ਹੈ ਸ਼ੁਰੂਆਤ ਦੇ ਵਿੱਚ ਹੀ, ਤੇ ਉਹਦੇ ਪੈਰ ਦੇ ਵਿੱਚ ਇੱਕ ਸੱਟ ਵੀ ਲੱਗ ਜਾਂਦੀ ਆ, ਤੇ ਉਹਦਾ ਇੱਕ ਬੂਟ ਪਹਾੜੀ ਤੋਂ ਥੱਲੇ ਡਿੱਗ ਪੈਂਦਾ, ਤੇ ਉਹਦਾ ਦੂਜਾ ਬੂਟ ਗੁੱਸੇ ਦੇ ਵਿੱਚ ਆਪ ਹੀ ਥੱਲੇ ਸਿੱਟ ਜਾਂਦੀ ਆ। ਉਹ ਉੱਥੇ ਕਾਫ਼ੀ ਪਰੇਸ਼ਾਨ ਹੋ ਚੁੱਕੀ ਸੀ। ਉਸ ਤੋਂ ਬਾਅਦ ਇਸ ਕਹਾਣੀ ਦੀ ਫਲੈਸ਼ਬੈਕ ਦੇ ਵਿੱਚ ਸਾਨੂੰ ਲੈ ਕੇ ਜਾਇਆ ਜਾਂਦਾ, ਜਿੱਥੇ ਉਹਦਾ ਬਚਪਨ ਦਿਖਾਇਆ ਜਾਂਦਾ। ਉਹਦੀ ਮਾਂ ਦੀ ਕੈਂਸਰ ਦੀ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਸੀਗੀ, ਅਤੇ ਆਪਣੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਕੁੜੀ ਜਿਹਦਾ ਨਾਮ ਸ਼ੈਨਲ ਸੀਗਾ, ਉਹ ਕਾਫ਼ੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀਗੀ। ਉਹਨੇ ਨਸ਼ਾ ਕਰਨਾ ਸ਼ੁਰੂ ਕਰਤਾ ਸੀਗਾ, ਉਹਨੇ ਲੋਕਾਂ ਦੇ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਇਸੇ ਤਰੀਕੇ ਦੇ ਨਾਲ ਅੱਗੇ ਜਾ ਕੇ ਉਹਦੀ ਜਿਹੜੀ ਸ਼ਾਦੀ ਉਹ ਹੋ ਚੁੱਕੀ ਸੀਗੀ, ਪਰ ਉਹਦੀਆਂ ਮਾੜੀਆਂ ਹਰਕਤਾਂ ਕਰਕੇ ਉਹਦੀ ਜਿਹੜੀ ਸ਼ਾਦੀ ਆ ਵਿਆਹ ਬਹੁਤੇ ਦਿਨ ਨਹੀਂ ਚੱਲ ਸਕਿਆ, ਉਹਨਾਂ ਦਾ ਤਲਾਕ ਹੋ ਗਿਆ। ਪਰ ਉਸਦੇ ਬਹੁਤ ਲੋਕਾਂ ਦੇ ਨਾਲ ਸੰਬੰਧ ਹੋਣ ਕਰਕੇ ਉਸਦੇ ਪੇਟ ਦੇ ਵਿੱਚ ਬੱਚਾ ਸੀ, ਉਹਦੇ ਬਾਰੇ ਉਹਨੂੰ ਇਹ ਵੀ ਪਤਾ ਨਹੀਂ ਸੀ ਵੀ ਇਹਦਾ ਬਾਪ ਕੌਣ ਆ। ਉਸ ਤੋਂ ਬਾਅਦ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸ ਬੱਚੇ ਦਾ ਅਬੋਰਸ਼ਨ ਕਰਾਉਣਾ ਪਿਆ, ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਟੁੱਟ ਚੁੱਕੀ ਸੀ, ਜਮਾਂ ਜਿਵੇਂ ਕਹਿ ਦਈਏ ਵੀ ਉਹਦਾ ਮਨ ਟੁੱਟ ਚੁੱਕਿਆ ਸੀਗਾ। ਉਹਦੇ ਇੱਕ ਦੋਸਤ ਨੇ ਉਹਨੂੰ ਇੱਕ ਸਲਾਹ ਦਿੱਤੀ ਵੀ ਤੂੰ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਵਾਸਤੇ ਹਾਈਕਿੰਗ ਦੀ ਇੱਕ ਲੰਮੀ ਟ੍ਰਿਪ ਦੇ ਉੱਤੇ ਜਾ, ਜਿੱਥੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਨਾਲ ਸਮਾਂ ਬਿਤਾਏਂਗੀ, ਤੇ ਤੇਰੀ ਜ਼ਿੰਦਗੀ ਤੈਨੂੰ ਵਧੀਆ ਲੱਗਣ ਲੱਗ ਜਾਊਗੀ। ਉਸ ਤੋਂ ਬਾਅਦ ਉਹ ਆਪਦਾ ਬੈਗ ਪੈਕ ਕਰਦੀ ਆ, ਤੇ ਉਸ ਟ੍ਰਿਪ ਦੇ ਉੱਤੇ ਜਾਣ ਦਾ ਫੈਸਲਾ ਕਰ ਲੈਂਦੀ ਆ, ਤੇ ਉਹ ਉਸ ਲੰਮੇ ਸਫ਼ਰ ਦੇ ਉੱਤੇ ਸਾਰਾ ਸਮਾਨ ਜ਼ਰੂਰਤ ਦਾ ਲੈ ਕੇ ਨਿਕਲ ਵੀ ਪੈਂਦੀ ਆ। ਸ਼ੁਰੂਆਤ ਦੇ ਵਿੱਚ ਉਹ ਕਿਸੇ ਆਦਮੀ ਤੋਂ ਲੈਫਟ ਲੈਂਦੀ ਆ, ਤੇ ਜਿਸ ਜਗ੍ਹਾ ਤੋਂ ਉਹਨੇ ਆਪਦਾ ਜਿਹੜਾ ਸਫ਼ਰ ਆ ਸ਼ੁਰੂ ਕਰਨਾ ਹੁੰਦਾ ਉਸ ਜਗ੍ਹਾ ਦੇ ਉੱਤੇ ਉਹ ਬੰਦਾ ਉਹਨੂੰ ਪਹੁੰਚਾ ਦਿੰਦਾ। ਉਸ ਤੋਂ ਬਾਅਦ ਉਹ ਇਹ ਅਹਿਸਾਸ ਕਰਦੀ ਆ ਵੀ ਉਹਦਾ ਜਿਹੜਾ ਬੈਗ ਸੀਗਾ ਉਹ ਕਾਫ਼ੀ ਜ਼ਿਆਦਾ ਭਾਰਾ ਹੁੰਦਾ, ਪਰ ਉਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਸਾਰੀਆਂ ਚੀਜ਼ਾਂ ਉਹਦੇ ਜ਼ਰੂਰਤ ਦੀਆਂ ਸੀਗੀਆਂ, ਉਹ ਕਿਸੇ ਵੀ ਸਮਾਨ ਨੂੰ ਉੱਥੇ ਛੱਡ ਨਹੀਂ ਸੀ ਸਕਦੀ। ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਬੈਗ ਨੂੰ ਚੱਕ ਕੇ ਆਪਣੇ ਸਫ਼ਰ ਦੇ ਉੱਤੇ ਅੱਗੇ ਵੱਧ ਜਾਂਦੀ ਆ। ਪਰ ਉਹਨੂੰ ਇਹ ਅਹਿਸਾਸ ਹੋ ਗਿਆ ਸੀਗਾ ਵੀ ਉਹਨੇ ਇਸ ਸਫ਼ਰ ਦੇ ਉੱਤੇ ਨਿਕਲ ਕੇ ਬਹੁਤ ਵੱਡੀ ਗਲਤੀ ਕਰ ਲਈ ਆ। ਹਾਲਾਂਕਿ ਜਿੱਥੋਂ ਤੱਕ ਉਹ ਕੁੜੀ ਪਹੁੰਚ ਚੁੱਕੀ ਸੀਗੀ ਉਹ ਪਿੱਛੇ ਨਹੀਂ ਸੀ ਮੁੜਨਾ ਚਾਹੁੰਦੀ, ਉਹ ਹਿੰਮਤ ਕਰਕੇ ਆਪਣੇ ਸਫ਼ਰ ਦੇ ਉੱਤੇ ਅੱਗੇ ਨਿਕਲ ਜਾਂਦੀ ਆ। ਅੱਗੇ ਬੀਹੜ ਬੀਆਬਾਨ ਹੁੰਦਾ, ਉੱਥੇ ਹੋਰ ਕੋਈ ਵੀ ਬੰਦਾ ਨਹੀਂ ਹੁੰਦਾ, ਉੱਥੇ ਉਹ ਆਪਣਾ ਕੈਂਪ ਲਾਉਂਦੀ ਆ, ਆਪਣਾ ਸਾਰਾ ਸਮਾਨ ਉਸਦੇ ਕੋਲੇ ਹੁੰਦਾ, ਉੱਥੇ ਉਹ ਆਪਣਾ ਸਟੋਪ ਨਾਲ ਲੈ ਕੇ ਆਈ ਹੁੰਦੀ ਆ। ਜਦੋਂ ਉਹ ਆਪਣਾ ਸਟੋਪ ਕੱਢਦੀ ਆ ਤਾਂ ਉਹਨੂੰ ਇਹ ਪਤਾ ਲੱਗਦਾ ਵੀ ਉਹ ਜਿਹੜੀ ਗੈਸ ਉਸ ਸਟੋਪ ਦੇ ਵਿੱਚ ਲੱਗਣੀ ਸੀਗੀ ਉਹ ਗਲਤੀ ਦੇ ਨਾਲ ਦੂਸਰੀ ਗੈਸ ਲੈ ਆਈ, ਇਸ ਕਰਕੇ ਉਸਨੂੰ ਹੁਣ ਕੱਚਾ ਹੀ ਖਾਣਾ ਬਿਨਾਂ ਪਕਾਏ ਤੋਂ ਖਾਣਾ ਪਊਗਾ। ਉਹ ਕਈ ਦਿਨਾਂ ਤੱਕ ਇੱਦਾਂ ਹੀ ਜਿਹੜਾ ਕੱਚਾ ਖਾਣਾ ਤੇ ਥੋੜਾ ਥੋੜਾ ਖਾਣਾ ਖਾਂਦੀ ਹੈ ਤਾਂ ਕਰਕੇ ਕਿ ਉਹਦੇ ਕੋਲ ਸਾਰਾ ਜਿਹੜਾ ਖਾਣਾ ਖਤਮ ਨਾ ਹੋ ਜਾਵੇ। ਇਸੇ ਤਰੀਕੇ ਦੇ ਨਾਲ ਉਹ ਹੌਲੀ ਹੌਲੀ ਅੱਗੇ ਵੱਧਦੀ ਜਾਂਦੀ ਹੈ ਬੀਹੜ ਬੀਆਬਾਨ ਦੇ ਵਿੱਚ, ਤੇ ਉਹਨੂੰ 8 ਦਿਨ ਬੀਤ ਗਏ ਹੁੰਦੇ ਆ। ਉਸ ਤੋਂ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਪਹੁੰਚਦੀ ਆ, ਉੱਥੇ ਇੱਕ ਕਿਸਾਨ ਕੰਮ ਕਰ ਰਿਹਾ ਹੁੰਦਾ, ਉਹ ਉਸਦੀ ਨਿਗਾਹ ਵਿੱਚ ਪੈਂਦਾ, ਤੇ ਉਹ ਕਾਫ਼ੀ ਜ਼ਿਆਦਾ ਥੱਕ ਤੇ ਟੁੱਟ ਚੁੱਕੀ ਹੁੰਦੀ ਆ, ਪਰ ਹਜੇ ਉਹਨੇ ਹਿੰਮਤ ਨਹੀਂ ਹਾਰੀ ਹੁੰਦੀ। ਉਹ ਉਸ ਕਿਸਾਨ ਦੇ ਕੋਲ ਜਾਂਦੀ ਆ ਤੇ ਉੱਥੇ ਜਾ ਕੇ ਉਹ ਤੋਂ ਸਹਾਇਤਾ ਮੰਗਦੀ ਆ। ਉਹ ਕਹਿੰਦਾ ਵੀ ਤੂੰ ਮੇਰੀ ਗੱਡੀ ਦੇ ਵਿੱਚ ਬੈਠ ਜਾ। ਉਹ ਜਾ ਕੇ ਜਦੋਂ ਉਸਦੀ ਗੱਡੀ ਦੇ ਵਿੱਚ ਬੈਠਦੀ ਆ ਤਾਂ ਉੱਥੇ ਪਿਸਤੌਲ ਪਿਆ ਹੁੰਦਾ, ਉਹ ਉਸਨੂੰ ਦੇਖ ਕੇ ਕਾਫ਼ੀ ਜ਼ਿਆਦਾ ਡਰ ਚੁੱਕੀ ਹੁੰਦੀ ਆ ਵੀ ਇਹ ਬੰਦਾ ਮੇਰੇ ਨਾਲ ਕੋਈ ਵੀ ਗਲਤ ਕੰਮ ਨਾ ਕਰੇ। ਤੇ ਉਹ ਕਹਿੰਦਾ ਵੀ ਤੂੰ ਮੇਰੇ ਘਰੇ ਚੱਲ ਵੜ, ਉੱਥੇ ਤੈਨੂੰ ਖਾਣਾ ਵੀ ਮਿਲ ਜੂਗਾ ਤੇ ਤੂੰ ਉੱਥੇ ਰੈਸਟ ਵੀ ਕਰ ਸਕਦੀ ਆ। ਉਹ ਡਰ ਵੀ ਰਹੀ ਹੁੰਦੀ ਆ ਤੇ ਪਰ ਉਹਨੂੰ ਖਾਣਾ ਖਾਣ ਦੀ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਆ, ਤੇ ਉਹ ਉਸ ਕਿਸਾਨ ਨੂੰ ਇਹ ਕਹਿੰਦੀ ਆ ਵੀ ਮੇਰਾ ਜਿਹੜਾ ਪਤੀ ਆ ਉਹ ਮੇਰੇ ਪਿੱਛੇ ਹੀ ਆ ਰਿਹਾ, ਥੋੜੇ ਟਾਈਮ ਦੇ ਵਿੱਚ ਉਹ ਇੱਥੇ ਪਹੁੰਚ ਜਾਊਗਾ। ਉਸ ਤੋਂ ਬਾਅਦ ਉਹ ਉਸ ਕਿਸਾਨ ਦੇ
ਦੇ ਨਾਲ ਉੱਥੇ ਉਹਦੇ ਘਰੇ ਚਲੀ ਜਾਂਦੀ ਆ। ਉੱਥੇ ਪਹੁੰਚ ਕੇ ਜਦੋਂ ਉਹ ਉਸ ਕਿਸਾਨ ਦੀ ਪਤਨੀ ਨੂੰ ਦੇਖਦੀ ਆ ਤਾਂ ਉਹਦੇ ਸਾਹ ਦੇ ਵਿੱਚ ਸਾਹ ਆਉਂਦੇ ਨੇ। ਉੱਥੇ ਉਹ ਉਹਨੂੰ ਖਾਣਾ ਖਾਣ ਦੇ ਵਾਸਤੇ ਦੇ ਦਿੰਦੇ ਨੇ ਅਤੇ ਉਹ ਜਿਵੇਂ ਕਹਿ ਦਈਏ ਇੱਕ ਭੁੱਖਿਆਂ ਵਾਂਗੂ ਬਹੁਤ ਗਲਤ ਤਰੀਕੇ ਦੇ ਨਾਲ ਖਾਣਾ ਖਾਂਦੀ ਹੈ ਕਿਉਂਕਿ ਉਹ ਬਹੁਤ ਦਿਨਾਂ ਤੋਂ ਭੁੱਖੀ ਸੀਗੀ, ਉਹਨੂੰ ਖਾਣੇ ਦੀ ਲੋੜ ਸੀਗੀ। ਉਸ ਤੋਂ ਬਾਅਦ ਜਿਹੜੀ ਸ਼ੈਨਲ ਹੁੰਦੀ ਆ ਉਹ ਉਹਨਾਂ ਦੇ ਘਰੇ ਗਰਮ ਪਾਣੀ ਦੇ ਨਾਲ ਨਹਾਉਂਦੀ ਆ, ਆਰਾਮ ਕਰਦੀ ਆ ਅਤੇ ਅਗਲੇ ਦਿਨ ਜਿਹੜਾ ਉਹ ਕਿਸਾਨ ਹੁੰਦਾ ਉਹ ਉਹਨੂੰ ਉਸਦੇ ਉਹੀ ਰੂਟ ਦੇ ਉੱਤੇ ਵਾਪਸ ਛੱਡ ਦਿੰਦਾ ਜਿੱਥੋਂ ਦੀ ਉਹਨੇ ਆਪਣੇ ਸਫ਼ਰ ਦੇ ਉੱਤੇ ਅੱਗੇ ਵਧਣਾ ਹੁੰਦਾ। ਉਸ ਤੋਂ ਬਾਅਦ ਉਹ ਅੱਗੇ ਜਾਂਦੀ ਆ ਅਤੇ ਜਦੋਂ ਰਾਤ ਹੋ ਜਾਂਦੀ ਆ ਉੱਥੇ ਉਹ ਆਪਣਾ ਕੈਂਪ ਲਗਾਉਂਦੀ ਆ। ਹੁਣ ਉਹਦੇ ਕੋਲ ਜਿਹੜਾ ਉਹਦਾ ਸਟੋਵ ਹੁੰਦਾ ਉਹਦੇ ਵਾਸਤੇ ਸਹੀ ਗੈਸ ਸੀਗੀ, ਉਹ ਆਪਣਾ ਖਾਣਾ ਪਕਾ ਸਕਦੀ ਸੀ ਅਤੇ ਖਾ ਸਕਦੀ ਸੀਗੀ। ਉਸ ਤੋਂ ਬਾਅਦ ਕਈ ਦਿਨ ਬੀਤ ਜਾਂਦੇ ਆ, ਉਹ ਆਪਣੇ ਸਫ਼ਰ ਦੇ ਉੱਤੇ ਅੱਗੇ ਚਲੀ ਜਾਂਦੀ ਆ। ਇੱਕ ਦਿਨ ਉਹਨੂੰ ਆਪਣੇ ਸਫ਼ਰ ਦੇ ਵਿੱਚ ਰੇਗਿਸਤਾਨ ਦਾ ਸੱਪ ਦਿਖਾਈ ਦਿੰਦਾ ਜਿਹੜਾ ਕਿ ਰੇਗਿਸਤਾਨ ਦਾ ਸਭ ਤੋਂ ਖਤਰਨਾਕ ਸੱਪ ਹੁੰਦਾ ਜਿਹਦੇ ਕੱਟਣ ਦੇ ਨਾਲ ਬੰਦੇ ਦੀ ਤੁਰੰਤ ਮੌਤ ਹੋ ਜਾਂਦੀ ਆ। ਉਹ ਉਸ ਨੂੰ ਦੇਖ ਕੇ ਕਾਫ਼ੀ ਡਰ ਜਾਂਦੀ ਆ ਅਤੇ ਉੱਥੋਂ ਉਹ ਭੱਜ ਜਾਂਦੀ ਆ। ਅੱਗੇ ਜਾ ਕੇ ਉਹ ਰਾਤ ਹੋਣ ਤੋਂ ਬਾਅਦ ਜਦੋਂ ਆਪਣਾ ਕੈਂਪ ਲਗਾਉਂਦੀ ਆ ਤਾਂ ਰਾਤ ਨੂੰ ਉਹਨੂੰ ਉਸੇ ਸੱਪ ਦੇ ਸੁਪਨੇ ਆਉਂਦੇ ਆ। ਉਹ ਕਾਫ਼ੀ ਡਰ ਜਾਂਦੀ ਆ, ਉਹ ਆਪਣੇ ਕੈਂਪ ਤੋਂ ਇੱਕ ਵਾਰੀ ਬਾਹਰ ਆ ਜਾਂਦੀ ਆ ਅਤੇ ਉਹਨੂੰ ਬਾਹਰ ਆ ਕੇ ਇਹ ਅਹਿਸਾਸ ਹੁੰਦਾ ਵੀ ਜੰਗਲ ਦੇ ਕਾਫ਼ੀ ਜਾਨਵਰ ਨੇ ਜਿਹੜੇ ਉਹਦੇ ਆਸ ਪਾਸ ਹੈਗੇ ਨੇ, ਉਹ ਉਹਨਾਂ ਤੋਂ ਕਾਫ਼ੀ ਡਰਦੀ ਆ ਅਤੇ ਉਹਦੇ ਕੋਲ ਇੱਕ ਸੀਟੀ ਹੁੰਦੀ ਆ ਅਤੇ ਇੱਕ ਬੈਟਰੀ ਹੁੰਦੀ ਆ। ਉਹ ਸੀਟੀ ਮਾਰਦੀ ਆ ਅਤੇ ਉਹ ਬੈਟਰੀ ਜਗਾਉਂਦੀ ਆ ਤਾਂ ਜਿਹੜੇ ਪਾਸੇ ਪਾਸੇ ਥੋੜ੍ਹੇ ਬਹੁਤ ਜਾਨਵਰ ਹੁੰਦੇ ਆ ਉਹ ਭੱਜ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਉਹਦੀ ਉਹ ਰਾਤ ਲੰਘ ਜਾਂਦੀ ਆ ਅਤੇ ਉਹ ਆਪਣੇ ਸਫ਼ਰ ਦੇ ਉੱਤੇ ਅੱਗੇ ਚਲੀ ਜਾਂਦੀ ਆ। ਉਸ ਤੋਂ ਬਾਅਦ ਉਹਨੂੰ ਰਸਤੇ ਦੇ ਵਿੱਚ ਇੱਕ ਮੁੰਡਾ ਨਹਿਰ ਦੇ ਵਿੱਚ ਨਹਾਉਂਦਾ ਹੋਇਆ ਦਿਖਾਈ ਦਿੰਦਾ ਅਤੇ ਉਹ ਉਸ ਮੁੰਡੇ ਦੇ ਕੋਲ ਜਾਂਦੀ ਆ ਅਤੇ ਉਹ ਦੋਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ ਅਤੇ ਉੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਉਹ ਮੁੰਡਾ ਉਹਦਾ ਨਾਮ ਗ੍ਰੈਗ ਹੁੰਦਾ ਅਤੇ ਉਹ ਵੀ ਹਾਈਕਿੰਗ ਦੇ ਉੱਤੇ ਆਇਆ ਹੁੰਦਾ। ਉਸ ਨੂੰ ਕਹਿੰਦਾ ਵੀ ਆਪਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਆਊਗੀ ਜਿੱਥੇ ਆਪਾਂ ਉਸ ਤੋਂ ਬਾਅਦ ਫੇਰ ਮਿਲਾਂਗੇ। ਉਸ ਤੋਂ ਬਾਅਦ ਉਹ ਆਪਣੇ ਸਫ਼ਰ ਦੇ ਉੱਤੇ ਅੱਗੇ ਨਿਕਲ ਜਾਂਦਾ ਅਤੇ ਜਿਹੜੀ ਸ਼ਨੈਲ ਹੁੰਦੀ ਆ ਉਹ ਆਪਣੇ ਸਫ਼ਰ ਦੇ ਉੱਤੇ ਅੱਗੇ ਨਿਕਲ ਜਾਂਦੀ ਆ। ਉਸ ਤੋਂ ਬਾਅਦ ਜਦੋਂ ਕਈ ਦਿਨ ਬੀਤ ਜਾਂਦੇ ਨੇ 14 ਦਿਨਾਂ ਬਾਅਦ ਜਿਹੜੀ ਸ਼ਨੈਲ ਹੁੰਦੀ ਆ ਉਹ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੀ ਆ, ਉੱਥੇ ਉਹੀ ਲੜਕਾ ਉਹਨੂੰ ਮਿਲਦਾ ਅਤੇ ਉੱਥੇ ਉਹ ਦੂਸਰੇ ਜਿਹੜੇ ਉਹਦੇ ਸਾਥੀ ਹੁੰਦੇ ਆ ਜਿਹੜੇ ਹਾਈਕਿੰਗ ਕਰਨ ਆਏ ਹੁੰਦੇ ਆ ਉਹ ਉਹਨਾਂ ਨਾਲ ਵੀ ਮਿਲਾਉਂਦਾ। ਉੱਥੇ ਸਾਰੇ ਜਣੇ ਹਾਈਕਿੰਗ ਕਰਨ ਵਾਲੇ ਮਿਲਦੇ ਹੁੰਦੇ ਆ ਅਤੇ ਉਸੇ ਜਗ੍ਹਾ ਦੇ ਉੱਤੇ ਜਿਹੜੀ ਸ਼ਨੈਲ ਹੁੰਦੀ ਆ ਉਹਦੇ ਜਿਹੜੇ ਐਕਸ ਹਸਬੈਂਡ ਹੁੰਦੇ ਆ ਉਹਨਾਂ ਦਾ ਇੱਕ ਉਹਨੂੰ ਲੈਟਰ ਮਿਲਦਾ, ਉਹ ਕਹਿੰਦਾ ਵੀ ਮੈਨੂੰ ਤੇਰੇ ਉੱਤੇ ਮਾਣ ਆ, ਤੂੰ 1000 ਮੀਲ ਦਾ ਜਿਹੜਾ ਸਫ਼ਰ ਆ ਉਹ ਤੈਅ ਕਰ ਚੁੱਕੀ ਆ। 14 ਦਿਨਾਂ ਦੇ ਵਿੱਚ ਉਹਨੇ 1000 ਮੀਲ ਦਾ ਸਫ਼ਰ ਤੈਅ ਕਰ ਲਿਆ ਸੀਗਾ ਅਤੇ ਉਹਨੂੰ ਇਹ ਪੜ੍ਹ ਕੇ ਕਾਫ਼ੀ ਖੁਸ਼ੀ ਹੁੰਦੀ ਆ। ਉਦੋਂ ਬਾਅਦ ਕਈ ਲੋਕ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਉਹਨੂੰ ਇਹ ਪਤਾ ਲੱਗਦਾ ਵੀ ਉਹਦਾ ਜਿਹੜਾ ਬੈਗ ਆ ਉਹ ਕਾਫ਼ੀ ਭਾਰੀ ਆ, ਉਹਦੇ ਵਿੱਚ ਜਿਹੜੀਆਂ ਬੇਲੋੜੀਆਂ ਚੀਜ਼ਾਂ ਉੱਥੋਂ ਦੇ ਜਿਹੜੇ ਉਹਦੇ ਦੋਸਤ ਹੁੰਦੇ ਆ ਜਿਹੜੇ ਗੱਲਾਂ ਬਾਤਾਂ ਦੇ ਵਿੱਚ ਉਹਦੇ ਫਰੈਂਡ ਬਣ ਗਏ ਸੀਗੇ ਉਹ ਕੱਢ ਦਿੰਦੇ ਆ ਵੀ ਉਹਨੂੰ ਤਕਲੀਫ ਨਾ ਹੋਵੇ। ਉਸ ਤੋਂ ਬਾਅਦ ਜਿਹੜਾ ਗ੍ਰੈਗ ਹੁੰਦਾ ਉਹਨੂੰ ਕਹਿੰਦਾ ਵੀ ਤੇਰੇ ਬੂਟ ਆ ਕਾਫ਼ੀ ਟਾਇਟ ਆ ਅਤੇ ਉੱਥੇ ਉਹਨੂੰ ਉਹ ਸੈਂਡਲ ਵੀ ਗਿਫਟ ਕਰਦੇ ਨੇ। ਉਸ ਤੋਂ ਬਾਅਦ ਉਹ ਆਪਣੀ ਦੋਸਤ ਨੂੰ ਫੋਨ ਕਰਦੀ ਆ ਅਤੇ ਕਹਿੰਦੀ ਵੀ ਅਗਲੇ ਸਟੋਪ ਦੇ ਉੱਤੇ ਮੈਨੂੰ ਇੱਕ ਬੂਟਾਂ ਦੀ ਜੋੜੀ ਤੂੰ ਭੇਜ ਦੇ। ਉਸ ਤੋਂ ਬਾਅਦ ਉਹ ਅਗਲੇ ਆਪਣੇ ਸਫ਼ਰ ਦੇ ਵਾਸਤੇ ਉੱਥੋਂ ਨਿਕਲ ਪੈਂਦੀ ਆ ਅਤੇ ਜਾਣ ਤੋਂ ਪਹਿਲਾਂ ਜਿਹੜਾ ਉਹਦਾ ਫਰੈਂਡ ਬਣਿਆ ਹੁੰਦਾ ਮੁੰਡਾ ਉਹਨੂੰ ਦੱਸਦਾ ਵੀ ਜਿਹੜੇ ਰਸਤੇ ਦੇ ਉੱਤੋਂ ਤੂੰ ਜਾਣਾ ਉਸ ਰਸਤੇ ਤੋਂ ਕੋਸ਼ਿਸ਼ ਕਰ ਵੀ ਤੂੰ ਨਾ ਜਾ ਸਾਈਡ ਦੀ ਜਾ ਕਿਉਂਕਿ ਉਹ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪੈਂਦੀ ਆ ਅਤੇ ਉਹ ਕਾਫ਼ੀ ਖਤਰਨਾਕ ਰਸਤਾ ਹੈਗਾ। ਪਰ ਜਿਹੜੀ ਸ਼ੈਨਲ ਹੁੰਦੀ ਆ ਹੁਣ ਉਹ ਕਿਸੇ ਵੀ ਕੀਮਤ ਦੇ ਉੱਤੇ ਆਪਣੇ ਸਫ਼ਰ ਨੂੰ ਬੰਦ ਨਹੀਂ ਕਰਨਾ ਚਾਹੁੰਦੀ, ਉਹ ਹਿੰਮਤ ਕਰਦੀ ਆ ਅਤੇ ਅੱਗੇ ਵੱਧ ਜਾਂਦੀ ਆ। ਰਸਤੇ ਦੇ ਵਿੱਚ ਜਿਹੜਾ ਉਹਦਾ ਇੱਕ ਨੇਲ ਹੁੰਦਾ ਉਹ ਕਾਫ਼ੀ ਜ਼ਿਆਦਾ ਖਰਾਬ ਹੋ ਚੁੱਕਿਆ ਹੁੰਦਾ, ਉਹਨੂੰ ਉਹ ਕੱਢਣਾ ਪਵੇਗਾ ਜੇਕਰ ਉਹਨੇ ਅੱਗੇ ਦਾ ਸਫ਼ਰ ਤੈਅ ਕਰਨਾ। ਉਹਨੂੰ ਕੱਢਣ ਦੇ ਸਮੇਂ ਉਹਦਾ ਇੱਕ ਬੂਟ ਪਹਾੜੀ ਤੋਂ ਥੱਲੇ ਡਿੱਗ ਪੈਂਦਾ। ਇਹ ਉਹੀ ਸੀਨ ਆ ਜਿਹੜਾ ਫਿਲਮ ਦੀ ਸ਼ੁਰੂਆਤ ਦੇ ਵਿੱਚ ਦਿਖਾਇਆ ਗਿਆ ਸੀਗਾ। ਉਸੇ ਕਰਕੇ ਉਹ ਗੁੱਸੇ ਦੇ ਵਿੱਚ ਆ ਕੇ ਦੂਜਾ ਜਿਹੜਾ ਆਪਦਾ ਬੂਟ ਆ ਉਹ ਵੀ ਪਹਾੜੀ ਤੋਂ ਥੱਲੇ ਸੁੱਟ ਦਿੰਦੀ ਆ। ਜਿਹੜਾ ਉੱਥੇ ਉਹਨਾਂ ਨੂੰ ਕਿਸੇ ਨੇ ਜਿਹੜਾ ਸੈਂਡਲ ਗਿਫਟ ਕੀਤੇ ਸੀਗੇ ਉਹ ਸੈਂਡਲਾਂ ਨੂੰ ਪਾ ਕੇ ਹੁਣ ਕਿਵੇਂ ਨਾ ਕਿਵੇਂ ਕਰਕੇ ਉਹ ਆਪਦਾ ਜਿਹੜਾ ਅੱਗੇ ਦਾ ਸਫ਼ਰ ਆ ਉਹ ਤੈਅ ਕਰਦੀ ਆ। ਅਗਲੇ ਸਟੇਸ਼ਨ ਦੇ ਉੱਤੇ ਉਹਨੂੰ ਜਿਹੜੀ ਆਪਦੇ ਉਹਦੀ ਫਰੈਂਡ ਨੇ ਬੂਟ ਭੇਜੇ ਹੁੰਦੇ ਆ ਉਹ ਮਿਲ ਜਾਂਦੇ ਆ ਅਤੇ ਉਹ ਉਹਨਾਂ ਨੂੰ ਪਾ ਕੇ ਅਗਲਾ ਸਫ਼ਰ ਆਪਣਾ ਸ਼ੁਰੂ ਕਰ ਦਿੰਦੀ ਆ। ਉਸ ਤੋਂ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਰੁਕਦੀ ਆ। ਉਸ ਜਗ੍ਹਾ ਦੇ ਉੱਤੇ ਰੁਕਣ ਤੋਂ ਬਾਅਦ ਉਹਨੂੰ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਪਿਛਲੀਆਂ ਯਾਦਾਂ ਉਹ ਆਉਂਦੀਆਂ ਨੇ। ਜਿਹੜਾ ਉਹਦਾ ਪਿਤਾ ਸੀਗਾ ਉਹ ਕਾਫ਼ੀ ਚੰਗਾ
ਬੰਦਾ ਨਹੀਂ ਸੀਗਾ, ਉਹ ਕਾਫੀ ਮਾੜਾ ਇਨਸਾਨ ਸੀਗਾ, ਉਸ ਦੀ ਮਾਂ ਦੇ ਨਾਲ ਸਹੀ ਵਿਵਹਾਰ ਨਹੀਂ ਸੀ ਕਰਦਾ, ਇਸ ਕਰਕੇ ਜਿਹੜੀ ਉਹਦੀ ਮਾਤਾ ਸੀਗੀ ਉਹ ਤਲਾਕ ਲੈ ਕੇ ਅਲੱਗ ਰਹਿਣ ਲੱਗ ਗਈ ਸੀਗੀ। ਉਸ ਤੋਂ ਬਾਅਦ ਕੈਂਸਰ ਦੇ ਨਾਲ ਉਹਦੀ ਮਾਤਾ ਦੀ ਮੌਤ ਹੋ ਚੁੱਕੀ ਸੀਗੀ ਤੇ ਇਹ ਦੋਨੇ ਭੈਣ ਭਰਾ ਅਨਾਥ ਹੋ ਗਏ ਸੀਗੇ। ਉਸ ਤੋਂ ਬਾਅਦ ਇਹਦੀ ਜ਼ਿੰਦਗੀ ਕਾਫੀ ਕਠਿਨ ਹੋ ਗਈ ਸੀਗੀ, ਇਹ ਨਸ਼ੇ ਦੇ ਵਿੱਚ ਪੈ ਗਈ ਸੀਗੀ, ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀਗੀ ਬਚਪਨ ਦੇ ਵਿੱਚ। ਉਸ ਤੋਂ ਬਾਅਦ ਇਹਦੀ ਸ਼ਾਦੀ ਵੀ ਹੋ ਗਈ ਸੀਗੀ ਕਿਵੇਂ ਨਾ ਕਿਵੇਂ ਕਰਕੇ, ਪਰ ਇਹਦਾ ਜਿਹੜਾ ਵਿਆਹ ਉਹ ਕਾਫੀ ਲੰਮਾ ਨਹੀਂ ਚੱਲ ਸਕਿਆ, ਇਹਦੇ ਪਤੀ ਨੇ ਇਹਨੂੰ ਕਿਸੇ ਦੇ ਨਾਲ ਦੇਖ ਲਿਆ ਸੀਗਾ। ਉਸ ਤੋਂ ਬਾਅਦ ਉਹਨੇ ਇਹਨੂੰ ਤਲਾਕ ਦੇ ਦਿੱਤਾ ਸੀਗਾ, ਪਰ ਉਸ ਤਲਾਕ ਦੇ ਵਿੱਚ ਸਾਰੀ ਗਲਤੀ ਇਸ ਲੜਕੀ ਦੀ ਹੁੰਦੀ ਆ। ਉਸ ਤੋਂ ਬਾਅਦ ਇਹ ਆਪਦੇ ਵਰਤਮਾਨ ਦੇ ਵਿੱਚ ਆਉਂਦੀ ਆ ਤੇ ਆਪਣੇ ਸਫ਼ਰ ਦੇ ਵਿੱਚ ਅੱਗੇ ਨਿਕਲ ਜਾਂਦੀ ਆ। ਹੁਣ ਇਹਨੂੰ ਬਹੁਤ ਲੰਮਾ ਸਫ਼ਰ ਕਰਨ ਤੋਂ ਬਾਅਦ 58 ਦਿਨ ਹੋ ਗਏ ਸੀਗੇ ਤੇ ਇਹਦੇ ਕੋਲ ਜਿਹੜਾ ਪੀਣ ਵਾਲਾ ਪਾਣੀ ਸੀਗਾ ਉਹ ਖਤਮ ਹੋ ਰਿਹਾ ਹੁੰਦਾ ਤੇ ਇਹਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਰਹੀ ਹੁੰਦੀ ਆ। ਉਸੇ ਟਾਈਮ ਉਹਨੂੰ ਇੱਕ ਦੂਰ ਜਿਵੇਂ ਡਰੰਮ ਪਿਆ ਹੁੰਦਾ ਉਹ ਦਿਖਾਈ ਦਿੰਦਾ ਤੇ ਉਹਦੇ ਮਨ ਦੇ ਵਿੱਚ ਇੱਕ ਉਮੀਦ ਜਾਗਦੀ ਆ, ਪਰ ਜਦੋਂ ਉਹ ਉਸ ਡਰੰਮ ਦੇ ਕੋਲ ਜਾਂਦੀ ਆ ਤਾਂ ਉੱਥੇ ਪਾਣੀ ਨਹੀਂ ਹੁੰਦਾ, ਇਹਦੇ ਕਰਕੇ ਉਹਦਾ ਦਿਲ ਟੁੱਟਦਾ ਵੀ ਆ, ਪਰ ਉਹ ਹਿੰਮਤ ਨਹੀਂ ਹਾਰਦੀ। ਉਸ ਤੋਂ ਬਾਅਦ ਉਹ ਆਪਣੇ ਸਫ਼ਰ ਦੇ ਉੱਤੇ ਹਿੰਮਤ ਕਰਕੇ ਅੱਗੇ ਚਲੀ ਜਾਂਦੀ ਆ। ਇੱਕ ਜਗ੍ਹਾ ਦੇ ਉੱਤੇ ਉਹਨੂੰ ਕਾਫ਼ੀ ਪਾਣੀ ਇਕੱਠਾ ਹੋਇਆ ਮਿਲ ਜਾਂਦਾ, ਪਰ ਉਹ ਪਾਣੀ ਗੰਦਾ ਤੇ ਜ਼ਹਿਰੀਲਾ ਹੁੰਦਾ। ਪਰ ਉਹਨੇ ਆਪਦੇ ਸਫ਼ਰ ਦੇ ਵਿੱਚ ਹੁਣ ਇੰਨਾ ਸਿੱਖ ਲਿਆ ਸੀਗਾ ਵੀ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕਿਵੇਂ ਕਰਨਾ। ਉਹ ਉਸਨੂੰ ਬੋਤਲ ਦੇ ਵਿੱਚ ਪਾ ਕੇ ਉਹਦੇ ਵਿੱਚ ਇੱਕ ਗੋਲੀ ਪਾਉਂਦੀ ਆ, ਉਸ ਤੋਂ ਬਾਅਦ ਉਹ ਪਾਣੀ ਸਾਫ਼ ਹੋ ਜਾਊਗਾ। ਉਸ ਤੋਂ ਬਾਅਦ ਉੱਥੇ ਦੋ ਸ਼ਿਕਾਰੀ ਆਉਂਦੇ ਨੇ, ਉਹ ਕਾਫ਼ੀ ਬਦਤਮੀਜ਼ੀ ਦੇ ਨਾਲ ਉਸ ਲੜਕੀ ਦੇ ਨਾਲ ਗੱਲਬਾਤ ਕਰਦੇ ਨੇ, ਉਹਨੂੰ ਉਹਨਾਂ ਦੇ ਇਰਾਦੇ ਸਹੀ ਨਹੀਂ ਲੱਗਦੇ ਤੇ ਉਹ ਤੋਂ ਪਾਣੀ ਦੀ ਜ਼ਿੱਦ ਕਰ ਰਹੇ ਹੁੰਦੇ ਆ। ਉਹ ਕਹਿੰਦੇ ਵੀ ਇਹ ਪਾਣੀ ਗੰਦਾ ਗਾ, ਜ਼ਹਿਰੀਲਾ, ਜੇ ਤੁਸੀਂ ਪੀਓਗੇ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਆ। ਉਸ ਤੋਂ ਬਾਅਦ ਉਹ ਉੱਥੋਂ ਚਲੀ ਜਾਂਦੀ ਆ ਤੇ ਉਹ ਦੋਨੇ ਸ਼ਿਕਾਰੀ ਵੀ ਚਲੇ ਜਾਂਦੇ ਆ। ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਇਹ ਲੜਕੀ ਹੁੰਦੀ ਹੈ ਦੁਬਾਰਾ ਉਸੇ ਪਾਣੀ ਦੇ ਕੋਲ ਆਉਂਦੀ ਆ, ਕਿਉਂਕਿ ਉਹ ਇੱਥੇ ਆਪਣਾ ਕੈਂਪ ਲਾਉਣਾ ਚਾਹੁੰਦੀ ਸੀ। ਉਹਨਾਂ ਸ਼ਿਕਾਰੀਆਂ ਦੇ ਵਿੱਚੋਂ ਇੱਕ ਬੰਦਾ ਵਾਪਸ ਆਉਂਦਾ, ਉਹਨੂੰ ਪੁੱਛਦਾ ਵੀ ਤੂੰ ਤਾਂ ਇੱਥੋਂ ਚਲੀ ਗਈ ਸੀ, ਹੁਣ ਵਾਪਸ ਕਾਹਤੋਂ ਆਈ ਆ। ਉਹ ਕਹਿੰਦੀ ਵੀ ਮੇਰਾ ਮੂਡ ਬਦਲ ਗਿਆ ਸੀਗਾ, ਮੈਂ ਤਾਂ ਕਰਕੇ ਇੱਥੇ ਵਾਪਸ ਆ ਗਈ। ਉਸ ਤੋਂ ਬਾਅਦ ਉਹ ਉੱਥੋਂ ਚਲਿਆ ਜਾਂਦਾ ਤੇ ਜਿਹੜੀ ਇਹ ਲੜਕੀ ਹੁੰਦੀ ਹੈ ਸ਼ਨੈਲ, ਇਹ ਵੀ ਅੱਗੇ ਵੱਧ ਜਾਂਦੀ ਹੈ, ਕਿਉਂਕਿ ਇਹਨੂੰ ਉਹਨਾਂ ਦੇ ਇਰਾਦੇ ਸਹੀ ਨਹੀਂ ਸੀ ਲੱਗਦੇ, ਅੱਗੇ ਵਧਣਾ ਸਹੀ ਸੀਗਾ। ਅੱਗੇ ਉਹਦਾ ਸਫ਼ਰ ਖਤਮ ਹੋਣ ਵਾਲਾ ਸੀਗਾ, ਇੱਕ ਸ਼ਹਿਰ ਆਉਂਦਾ, ਉਸ ਸ਼ਹਿਰ ਦੇ ਵਿੱਚ ਜੋਨਾਥਨ ਨਾਮ ਦਾ ਇੱਕ ਉਹਨੂੰ ਲੜਕਾ ਮਿਲਦਾ ਤੇ ਉਸ ਨੂੰ ਇੱਕ ਕੌਂਸਰਟ ਦੇ ਉੱਤੇ ਜਾਣ ਦੇ ਵਾਸਤੇ ਪੁੱਛਦਾ। ਉਸ ਤੋਂ ਬਾਅਦ ਉਹ ਉਸ ਲੜਕੇ ਦੇ ਨਾਲ ਉਸ ਕੌਂਸਰਟ ਦੇ ਵਿੱਚ ਜਾਂਦੀ ਆ ਤੇ ਉਹ ਕਾਫ਼ੀ ਜ਼ਿਆਦਾ ਇੰਜੋਏ ਕਰਦੇ ਨੇ। ਉਸ ਤੋਂ ਬਾਅਦ ਉਹ ਆਪਣੇ ਅਗਲੇ ਸਫ਼ਰ ਦੇ ਉੱਤੇ ਅਗਲੇ ਦਿਨ ਨਿਕਲ ਜਾਂਦੀ ਆ। ਉਸ ਤੋਂ ਬਾਅਦ ਉਹ ਇੱਕ ਸਟੇਸ਼ਨ ਦੇ ਉੱਤੇ ਰੁਕਦੇ ਨੇ, ਉੱਥੇ ਕਾਫ਼ੀ ਜ਼ਿਆਦਾ ਜਿਹੜੇ ਹਾਈਕਰ ਸੀਗੇ ਉਹ ਰੁਕਦੇ ਨੇ। ਉੱਥੇ ਉਹ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਆਪਣੀ ਜ਼ਿੰਦਗੀ ਦੇ ਬਾਰੇ, ਜੋ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਨੇ। ਉੱਥੇ ਇੱਕ ਬੱਚਾ ਹੁੰਦਾ, ਉਸ ਦੀ ਮਾਂ ਦੇ ਵਾਸਤੇ ਇੱਕ ਗਾਣਾ ਵੀ ਗਾਉਂਦਾ ਤੇ ਉਹ ਕਾਫ਼ੀ ਇਮੋਸ਼ਨਲ ਹੋ ਜਾਂਦੀ ਆ। ਉਸ ਤੋਂ ਬਾਅਦ ਉਹਦਾ ਜਿਹੜਾ ਸਫ਼ਰ ਹੁੰਦਾ ਉਹ ਖਤਮ ਹੋਣ ਦੇ ਨੇੜੇ ਆ ਜਾਂਦਾ, 94 ਦਿਨ ਉਹਨੂੰ ਹੋ ਚੁੱਕੇ ਸੀਗੇ ਤੇ ਇੱਕ ਜਗ੍ਹਾ ਦੇ ਉੱਤੇ ਪਹੁੰਚ ਜਾਂਦੀ ਆ ਜਿੱਥੇ ਉਹਨੇ ਸਫ਼ਰ ਆਪਦਾ ਖਤਮ ਕਰਨਾ ਸੀਗਾ। ਉੱਥੇ ਜਾ ਕੇ ਉਹਨੂੰ ਇਹ ਮਹਿਸੂਸ ਹੁੰਦਾ ਵੀ ਜਦੋਂ ਉਹਨੇ ਸਫ਼ਰ ਨੂੰ ਸ਼ੁਰੂ ਕੀਤਾ ਸੀਗਾ ਤਾਂ ਕਿੰਨੀ ਉਲਝਣ ਦੇ ਵਿੱਚ ਸੀਗੀ, ਕਿੰਨਾ ਉਹਨੂੰ ਇਹ ਮੁਸ਼ਕਲ ਲੱਗ ਗਿਆ ਸੀਗਾ ਸਫ਼ਰ, ਪਰ ਜੇਕਰ ਉਹ ਇਹ ਸਫ਼ਰ ਨੂੰ ਤੈਅ ਨਾ ਕਰਦੀ ਤਾਂ ਜਿਹੜੀ ਫੀਲਿੰਗ ਉਹਨੂੰ ਅੱਜ ਮਹਿਸੂਸ ਹੋ ਰਹੀ ਹੈ, ਜੋ ਕੁਝ ਵੀ ਉਹਨੂੰ ਹੁਣ ਮਹਿਸੂਸ ਹੋ ਰਿਹਾ, ਇਹ ਚੀਜ਼ਾਂ ਉਹਨੂੰ ਮਹਿਸੂਸ ਨਹੀਂ ਸੀ ਹੋਣੀਆਂ। ਉਹ ਇੱਕ ਨਵਾਂ ਇਨਸਾਨ ਬਣ ਚੁੱਕੀ ਸੀ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਸਫ਼ਰ ਤੈਅ ਕੀਤਾ ਸੀਗਾ, ਇਸ ਸਫ਼ਰ ਨੇ ਉਹਨੂੰ ਇੱਕ ਨਵੀਂ ਜ਼ਿੰਦਗੀ, ਇੱਕ ਦੇਖਣ ਦਾ ਨਵਾਂ ਨਜ਼ਰੀਆ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਉਹਦੇ ਕੋਲ ਇੱਕ ਲੋਮੜੀ ਆਉਂਦੀ ਆ, ਉਹਨੂੰ ਇਹ ਮਹਿਸੂਸ ਹੁੰਦਾ ਵੀ ਜਿਵੇਂ ਉਹ ਲੋਮੜੀ ਉਹਦੀ ਮਾਂ ਦੀ ਆਤਮਾ ਹੁੰਦੀ ਆ, ਜਿਹੜੀ ਕਿ ਉਸਨੂੰ ਦੇਖਣ ਦੇ ਵਾਸਤੇ ਆਈ ਆ। ਉਸ ਤੋਂ ਬਾਅਦ ਅੱਗੇ ਚੱਲ ਕੇ ਉਹ ਇੱਕ ਕਿਤਾਬ ਲਿਖਦੀ ਆ, ਜਿਹੜੀ ਕਿਤਾਬ ਕਾਫ਼ੀ ਜ਼ਿਆਦਾ ਫੇਮਸ ਹੋ ਜਾਂਦੀ ਆ ਤੇ ਉਹ ਇੱਕ ਬਹੁਤ ਵੱਡੀ ਰਾਈਟਰ ਬਣ ਜਾਂਦੀ ਆ। ਉਹਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਆ। ਉਸ ਤੋਂ ਬਾਅਦ ਉਹ ਅੱਗੇ ਜਾ ਕੇ ਆਪਦੀ ਜ਼ਿੰਦਗੀ ਦੇ ਵਿੱਚ ਵਿਆਹ ਵੀ ਕਰਵਾਉਂਦੀ ਆ, 5 ਸਾਲਾਂ ਦਾ ਉਹਦੇ ਇੱਕ ਬੇਟਾ ਹੁੰਦਾ ਤੇ ਉਸ ਤੋਂ ਬਾਅਦ ਉਹਦੇ ਇੱਕ ਸਾਲ ਦੀ ਬੇਟੀ ਵੀ ਹੁੰਦੀ ਹੈ, ਜਿਹਦੇ ਨਾਲ ਉਹ ਕਾਫ਼ੀ ਵਧੀਆ ਜ਼ਿੰਦਗੀ ਬਤੀਤ ਕਰਨ ਲੱਗ ਜਾਂਦੀ ਆ। ਤਾਂ ਜੇਕਰ ਉਹ ਇੰਨੇ ਲੰਮੇ ਸਫ਼ਰ ਦੇ ਉੱਤੇ ਆਪਦੀਆਂ ਬੁਰਾਈਆਂ ਨੂੰ ਐਕਸੈਪਟ ਕਰਕੇ ਨਾ ਨਿਕਲਦੀ ਤਾਂ ਸ਼ਾਇਦ ਉਹ ਆਪਦੀ ਜ਼ਿੰਦਗੀ ਨਾ ਬਦਲ ਪਾਉਂਦੀ। ਜਿਹੜੇ ਵੀ ਲੋਕ ਚੈਲੰਜ ਐਕਸੈਪਟ ਕਰਦੇ ਨੇ ਉਹ ਆਪਦੀ ਜ਼ਿੰਦਗੀ ਬਦਲ ਲੈਂਦੇ ਨੇ। ਜੇਕਰ ਤੁਸੀਂ ਇੱਦਾਂ ਦੀਆਂ ਹੋਰ ਵੀ ਸਟੋਰੀਆਂ ਦੇਖਣਾ ਚਾਹੁੰਦੇ ਹੋ, ਫਿਲਮਾਂ ਦੀਆਂ ਸਟੋਰੀਆਂ ਐਕਸਪਲੇਨੇਸ਼ਨ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।